ਨਹੀਂ ਬੇਟਾ ਆਪਾਂ ਲਾਸਟ ਟਾਈਮ ਲੇਖ ਕੀਤਾ ਸੀ ਪ੍ਰਦੂਸ਼ਣ ਦੀ ਸਮੱਸਿਆ ਅੱਜ ਆਪਾਂ ਲੇਖ ਕਰਾਂਗੇ ਮਹਿੰਗਾਈ ਦੀ ਸਮੱਸਿਆ ਤੇ ਉਸ ਤੋਂ ਬਾਅਦ ਐਸੀ ਲੇਖ ਨਾਲ ਰਿਲੇਟਡ ਆਪਾਂ ਪੱਤਰ ਵੀ ਕਰਾਂਗੇ ਅਖਬਾਰ ਦੇ ਸੰਪਾਦਨ ਜੈਸੇ ਅਸੀਂ ਨਾ ਤੁਹਾਡੇ ਸਿਲੇਬਸ ਵਿੱਚ ਸਮੱਸਿਆਵਾਂ ਨਾਲ ਸੰਬੰਧਿਤ ਲੇਖ ਜਿਹੜੀ ਮਰਜ਼ੀ ਸਮੱਸਿਆ ਆਵੇ ਬੇਟਾ ਮੈਂ ਤੁਹਾਨੂੰ ਭੂਮਿਕਾ ਲਿਖਵਾਈ ਹੋਈ ਨਾ ਅੱਗੇ ਪ੍ਰਦੂਸ਼ਣ ਦੇ ਲੇਖ ਦੀ ਠੀਕ ਹੈ ਯੈਸ ਕੌਣ ਸੁਣਾਏਗਾ ਹਾਂਜੀ ਬੇਟਾ ਗੌਰਵ ਬੇਟਾ ਹਾਂਜੀ ਗੌਰਵ ਬੇਟਾ ਗੌਰਵ ਯੈਸ ਮੈਮ ਹਾਂ ਬੇਟਾ ਬੋਲ ਬੇਟਾ ਭੂਮਿਕਾ ਭਾਰਤ ਨੂੰ ਆਜ਼ਾਦ ਹੋਏ ਕਿੰਨੇ ਹੀ ਸਾਲ ਹੋ ਗਏ ਹਨ ਪਰ ਫਿਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ ਜਿਵੇਂ ਮਹਿੰਗਾਈ ਭ੍ਰਿਸ਼ਟਾਚਾਰੀ ਗਰੀਬੀ ਬੇਰੁਜ਼ਗਾਰੀ ਦਹੇਜ ਪ੍ਰਥਾ ਆਦਿ ਵੈਰੀ ਗੁੱਡ ਇਹ ਸਮੱਸਿਆਵਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ ਜੇ ਇਹਨਾਂ ਸਮੱਸਿਆਵਾਂ ਨੂੰ ਖਤਮ ਨਹੀਂ ਕੀਤਾ ਗਿਆ ਤਾਂ ਇਹ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਲੈ ਲੈਣ ਗਈਆਂ ਇਹ ਸਾਰੀਆਂ ਸਮੱਸਿਆਵਾਂ ਦੀ ਜੜ ਮਹਿੰਗਾਈ ਤੇ ਭ੍ਰਿਸ਼ਟਾਚਾਰੀ ਹੈ ਵੈਰੀ ਗੁੱਡ ਬੇਟਾ ਗੌਰਵ ਅੱਛਾ ਮੈਨੂੰ ਕੋਈ ਦੱਸੇਗਾ ਮਹਿੰਗਾਈ ਹੁੰਦੀ ਕੀ ਹੈ ਹੈ ਕੀ ਮਹਿੰਗਾਈ ਮੀਨਿੰਗ ਕੀ ਹੈ ਮਹਿੰਗਾਈ ਦਾ ਯੈਸ ਨੇ ਵੀ ਦਿੱਤਾ ਬੇਟਾ ਹਾਂਜੀ ਨੇ ਵੀ ਦਿੱਤਾ ਮਹਿੰਗਾਈ ਹੈ ਕੀ ਬੇਟਾ ਅੰਸ਼ੀਆ ਕਿਸੇ ਨੂੰ ਨੀ ਪਤਾ ਮਹਿੰਗਾਈ ਹੈ ਕੀ ਕਿਤੇ ਹਾਂਜੀ ਅੰਸ਼ੀਆ ਬੇਟਾ ਅੰਸ਼ੀਆ ਅੰਸ਼ੀਆ ਅਨਮਿਊਟ ਹੋ ਸਰ ਪੁੱਤਰ ਅੰਸ਼ੀਆ ਮੈਮ ਜਦੋਂ ਚੀਜ਼ਾਂ ਦੇ ਦਾਮ ਬਹੁਤ ਵੱਧ ਜਾਂਦੇ ਹਨ ਹਾਂ ਦਾਮ ਬਹੁਤ ਵੱਧ ਜਾਂਦੇ ਹੈ ਤੇ ਉਹ ਮਹਿੰਗਾਈ ਕਹਿਲਾਉਂਦਾ ਹੈ ਐਨੀ ਅਦਰ ਸਟੂਡੈਂਟ ਮਹਿੰਗਾਈ ਬਾਰੇ ਮਹਿੰਗਾਈ ਵੱਧਦੀ ਕਿਉਂ ਪਈ ਹੈ ਮਹਿੰਗਾਈ ਤੁਹਾਨੂੰ ਪਤਾ ਹਰ ਚੀਜ਼ ਦਾ ਰੇਟ ਵੱਧ ਰਿਹਾ ਕੋਈ ਨਾ ਕੋਈ ਤਾਂ ਕਾਰਨ ਹੈ ਨਾ ਉਹ ਕੀ ਕਾਰਨ ਹੈ ਯੈਸ ਗੁਲਸ਼ਾਨ ਬੇਟਾ ਗੁਲਸ਼ਾਨ ਹਾਂ ਗੁਲਸ਼ਾਨ ਬੇਟਾ ਵਸਤਾਂ ਦੀ ਕੀਮਤ ਵਿੱਚ ਹੁੰਦੇ ਵਾਧੇ ਨੂੰ ਮਹਿੰਗਾਈ ਕਿਹਾ ਜਾਂਦਾ ਹੈ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਦੀ ਸਮੱਸਿਆ ਗੰਭੀਰ ਹੋਈ ਜਾ ਰਹੀ ਹੈ ਤੇ ਇਹ ਮਹਿੰਗਾਈ ਰਿਕਾਰਡ ਤੋੜ ਹੀ ਵਧੀ ਜਾ ਰਹੀ ਹੈ ਭਾਰਤ ਵਿੱਚ ਚੀਜ਼ਾਂ ਦੀਆਂ ਕੀਮਤਾਂ ਦੇ ਵੱਧ ਰਹੇ ਰਫਤਾਰ ਬੜਾ ਭਿਆਨਕ ਅਤੇ ਖੌਫਨਾਕ ਰੂਪ ਧਾਰਨ ਕਰ ਲਿਆ ਹੈ ਠੀਕ ਹੈ ਵੱਧ ਰਹੀ ਆਬਾਦੀ ਵੱਧ ਰਹੀ ਆਬਾਦੀ ਮਹਿੰਗਾਈ ਦਾ ਮੁੱਖ ਕਾਰਨ ਹੈ ਠੀਕ ਹੈ ਗੁੱਡ ਐਨੀ ਅਦਰ ਸਟੂਡੈਂਟ ਮਹਿੰਗਾਈ ਕਿਉਂ ਵੱਧ ਰਹੀ ਹੈ ਰੇਜ਼ ਯੂਰ ਹੈਂਡ ਯੈਸ ਜਾਨਵੀ ਬੇਟਾ ਜਾਨਵੀ ਮੈਮ ਜੀ ਮੈਂ ਜਨਤਾ ਅੱਗੇ ਨਾਲੋਂ ਵੱਧਦੀ ਜਾ ਰਹੀ ਹੈ ਪਰ ਚੀਜ਼ਾਂ ਦਾ ਉਤਪਾਦਨ ਨਹੀਂ ਹੋ ਰਿਹਾ ਇਸ ਕਾਰਨ ਲੋਕਾਂ ਨੂੰ ਬਹੁਤ ਘਾਟਾ ਹੋ ਰਿਹਾ ਹੈ ਤੇ ਅਰਥ ਵਿਵਸਥਾ ਵੀ ਖਰਾਬ ਹੋ ਰਹੀ ਹੈ ਇਸ ਲਈ ਉਹਨਾਂ ਨੂੰ ਚੀਜ਼ਾਂ ਦਾ ਦਾਮ ਵਧਾਉਣਾ ਪੈ ਰਿਹਾ ਹੈ ਜਿਹੜੀ ਕਿ ਆਬਾਦੀ ਦੇ ਕਰਕੇ ਚਲੋ ਵੈਰੀ ਗੁੱਡ ਨਵਨੀਤ ਹਾਂ ਨਵਨੀਤ ਬੇਟਾ ਮੈਮ ਜਿਹੜੇ ਲੋਕ ਵਪਾਰ ਕਰਦੇ ਆ ਜ਼ਰੂਰੀ ਚੀਜ਼ਾਂ ਦਾ ਉਹਨਾਂ ਨੂੰ ਪੈਸੇ ਕਮਾਉਣ ਦਾ ਲਾਲਚ ਵੀ ਆ ਜਾਂਦਾ ਹੈ ਇਸ ਕਰਕੇ ਉਹ ਚੀਜ਼ਾਂ ਦਾ ਦਾਮ ਵਧਾਉਂਦੇ ਹਾਂ ਲਾਲਚੀ ਲੋਕ ਠੀਕ ਹੈ ਵੈਰੀ ਗੁੱਡ ਲਾਲਚੀ ਜਾਂ ਰਿਸ਼ਵਤਖੋਰੀ ਕਰਕੇ ਇਹਦੀ ਮਹਿੰਗਾਈ ਵੱਧ ਰਹੀ ਹੈ ਹੋਰ ਕੋਈ ਪੁਆਇੰਟ ਗੌਰਵ ਹਾਂ ਗੌਰਵ ਬੇਟਾ ਮੈਮ ਵੱਧਦੀ ਬੇਰੁਜ਼ਗਾਰੀ ਕਰਕੇ ਵੀ ਮਹਿੰਗਾਈ ਵੱਧ ਰਹੀ ਹੈ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਚਲੋ ਹੋਰ ਕੋਈ ਗੁਰਪਾਲ ਭ੍ਰਿਸ਼ਟਾਚਾਰੀ ਕਰਕੇ ਠੀਕ ਹੈ ਮਹਿੰਗਾਈ ਵੱਧ ਰਹੀ ਹੈ ਗੁੱਡ ਹੈ ਈਸ਼ਾਨੀ ਬੇਟਾ ਈਸ਼ਾਨੀ ਅਨਮਿਊਟ ਯੋਰਸੈਲਫ ਈਸ਼ਾਨੀ ਅਮੀਰ ਵਪਾਰੀ ਗਰੀਬਾਂ ਨੂੰ ਠੱਗਣ ਸਕਣ ਅਮੀਰ ਵਪਾਰੀ ਗਰੀਬਾਂ ਦਾ ਗਰੀਬਾਂ ਨੂੰ ਠੱਗਣ ਸਕਣ ਠੱਗ ਸਕਣ ਨਹੀਂ ਬੇਟਾ ਨਹੀਂ ਇਹ ਪੁਆਇੰਟ ਨਹੀਂ ਜੀਆ ਜੀਆ ਬੇਟਾ
ਕਾਲਾ ਬਾਜ਼ਾਰੀ ਵੀ ਮਹਿੰਗਾਈ ਬੋਲ ਬੇਟਾ ਕਾਲਾ ਬਾਜ਼ਾਰੀ ਵੀ ਮਹਿੰਗਾਈ ਦੇ ਵੱਧ ਰਹੇ ਇੱਕ ਮੁੱਖ ਕਾਰਨ ਹੈ ਵੱਡੇ ਸੌਦਾਗਰ ਜੋ ਕਿਸਾਨਾਂ ਤੋਂ ਮਾਲ ਖਰੀਦਦੇ ਹਨ ਤੇ ਉਹ ਭਾਅ ਨੂੰ ਥੱਲੇ ਡੇਗ ਦਿੰਦੇ ਹਨ ਅਤੇ ਬਾਅਦ ਵਿੱਚ ਨਗਦੀ ਸੰਕਟ ਪੈਦਾ ਕਰਦੇ ਹਨ ਤੇ ਬਾਅਦ ਵਿੱਚ ਕਹਿੰਦੇ ਹਨ ਕਿ ਉਹਨਾਂ ਕੋਲ ਮਾਲ ਨਹੀਂ ਹੈ ਤੇ ਬਾਅਦ ਵਿੱਚ ਉਸਦਾ ਰੇਟ ਵਧਾ ਦਿੰਦੇ ਹਨ ਵੈਰੀ ਗੁੱਡ ਹਾਂਜੀ ਲਕਸ਼ੇ ਯੈਸ ਲਕਸ਼ੇ ਬੇਟਾ ਲਕਸ਼ੇ ਗੁੱਡ ਮਾਰਨਿੰਗ ਮੈਮ ਯੈਸ ਗੁੱਡ ਮਾਰਨਿੰਗ ਯੈਸ ਬੇਟਾ ਮਹਿੰਗਾਈ ਕਿਉਂ ਵੱਧ ਰਹੀ ਹੈ ਮੈਮ ਕਿਉਂਕਿ ਸਰਕਾਰ ਮੈਮ ਜ਼ਿਆਦਾ ਤੋਂ ਜ਼ਿਆਦਾ ਟੈਕਸ ਚੀਜ਼ਾਂ ਤੇ ਟੈਕਸ ਲਾ ਰਹੇ ਹੈ ਜਿਹਦੇ ਨਾਲ ਉਹਦਾ ਮਹਿੰਗਾਈ ਦਾ ਰੁਖ ਬਹੁਤ ਵੱਧਦਾ ਹੈ ਫਾਲਤੂ ਦੇ ਟੈਕਸ ਲਾਣ ਨਾਲ ਵੀ ਬਹੁਤ ਮੈਮ ਵੱਧਦਾ ਹੈ ਹਾਂ ਵੈਰੀ ਗੁੱਡ ਲਕਸ਼ੇ ਠੀਕ ਹੈ ਦੇਖੋ ਕਿ ਟੈਕਸ ਜਿਹੜੇ ਕਿ ਜ਼ਿਆਦਾ ਲੱਗ ਰਹੇ ਹੈ ਜਿਹਦੇ ਕਰਕੇ ਚੀਜ਼ਾਂ ਦੀ ਕੀਮਤਾਂ ਵੱਧ ਰਹੀਆਂ ਵੈਰੀ ਗੁੱਡ ਲਕਸ਼ੇ ਅੱਛਾ ਇਹਨਾਂ ਜਿਹੜਾ ਮਹਿੰਗਾਈ ਤਾਂ ਵੱਧ ਰਹੀ ਹੈ ਇਹਨਾਂ ਦਾ ਅਸਰ ਕਿਹਨਾਂ ਲੋਕਾਂ ਤੇ ਪੈ ਰਿਹਾ ਬੇਟਾ ਮਹਿੰਗਾਈ ਵਧਣ ਦਾ ਅਸਰ ਕਿਹਨਾਂ ਲੋਕਾਂ ਤੇ ਜ਼ਿਆਦਾ ਪੈ ਰਿਹਾ ਕੋਈ ਦੱਸੇਗਾ ਕਿਹਨਾਂ ਲੋਕਾਂ ਤੇ ਪੈ ਰਿਹਾ ਜ਼ਿਆਦਾ ਅਸਰ ਧੈਰਯ ਹਾਂਜੀ ਧੈਰਯ ਬੇਟਾ ਧੈਰਯ ਯੈਸ ਮੈਮ ਯੈਸ ਮੈਮ ਵੱਧ ਬੋਲ ਬੇਟਾ ਹਾਂ ਧੈਰਯ ਮਹਿੰਗਾਈ ਦਾ ਅਸਰ ਵੱਧਦੀ ਮਹਿੰਗਾਈ ਦਾ ਅਸਰ ਗਰੀਬ ਲੋਕਾਂ ਤੇ ਪੈਂਦਾ ਹੈ ਅਮੀਰ ਲੋਕੀ ਤਾਂ ਮਹਿੰਗੀਆਂ ਚੀਜ਼ਾਂ ਖਰੀਦ ਲੈਂਦੇ ਹਨ ਪਰ ਗਰੀਬ ਲੋਕਾਂ ਕੋਲ ਆਰਥਿਕ ਕਮੀ ਦੇ ਕਾਰਨ ਮਹਿੰਗੀਆਂ ਚੀਜ਼ਾਂ ਨਹੀਂ ਖਰੀਦ ਹੁੰਦੀਆਂ ਅੱਛਾ ਸਿਰਫ ਗਰੀਬ ਲੋਕਾਂ ਦੇ ਹੋਰ ਕੋਈ ਲੋਕਾਂ ਦੇ ਨਹੀਂ ਪੈਂਦਾ ਮਿਡਲ ਫੈਮਿਲੀ ਦੇ ਮੈਮ ਉਹਨਾਂ ਤੇ ਵੀ ਮੈਂ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਮਹਿੰਗੀਆਂ ਚੀਜ਼ਾਂ ਖਰੀਦਣ ਵਿੱਚ ਮੱਧ ਵਰਗੀ ਲੋਕਾਂ ਦੇ ਪਰ ਗਰੀਬਾਂ ਨੂੰ ਜ਼ਿਆਦਾ ਆਉਂਦੀ ਹੈ ਚਲੋ ਠੀਕ ਹੈ ਹਾਂ ਯੈਸ ਜਾਨਵੀ ਬੇਟਾ ਜਾਨਵੀ ਮੈਂ ਮਹਿੰਗਾਈ ਦਾ ਅਸਰ ਵੱਧ ਤੋਂ ਵੱਧ ਗਰੀਬਾਂ ਤੇ ਪੈ ਰਿਹਾ ਹੈ ਤੇ ਆਮ ਲੋਕ ਤੇ ਆਮ ਲੋਕ ਵੀ ਇਹਨਾਂ ਖਰਚਾ ਨਹੀਂ ਉਠਾ ਪਾਉਂਦੇ ਇਸ ਲਈ ਉਹਨਾਂ ਤੇ ਵੀ ਬਹੁਤ ਦੁਸ਼ਪ੍ਰਭਾਵ ਪੈ ਰਿਹਾ ਹੈ ਠੀਕ ਹੈ ਵੈਰੀ ਗੁੱਡ ਤੇ ਸ਼ਾਬਾਸ਼ ਬੇਟਾ ਹੁਣ ਆਪਾਂ ਸਾਰੇ ਪੁਆਇੰਟਸ ਨੂੰ ਜੋ ਤੁਸੀਂ ਸਾਰਿਆਂ ਨੇ ਪੁਆਇੰਟਸ ਬੋਲੇ ਹੈ ਉਹਨੂੰ ਆਪਾਂ ਕੰਬਾਈਨ ਕਰਾਂਗੇ ਤੇ ਆਪਾਂ ਮਹਿੰਗਾਈ ਦੀ ਸਮੱਸਿਆ ਲੇ ਕਰਾਂਗੇ ਠੀਕ ਹੈ ਇੱਕ ਇੱਕ ਪੁਆਇੰਟ ਸਾਰੇ ਬੋਲਦੇ ਜਾਣਾ ਫਿਰ ਹੁਣ ਆਪਾਂ ਐਕਸਪਲੇਨ ਕਰਦੇ ਜਾਵਾਂਗੇ ਓਕੇ ਬੇਟਾ ਠੀਕ ਹੈ ਸਭ ਤੋਂ ਪਹਿਲਾਂ ਕੋਟੇਸ਼ਨ ਲਿਖੋ ਇਹ ਵੱਧਦੀ ਹੈ ਸਰਕਾਰਾਂ ਤੋਂ ਕੋਟੇਸ਼ਨ ਜ਼ਰੂਰ ਲਿਖਣੀ ਹੈ ਸਟਾਰਟਿੰਗ ਵਿੱਚ ਵੀ ਤੇ ਐਂਡਿੰਗ ਵਿੱਚ ਵੀ ਅਗਰ ਤੁਹਾਨੂੰ ਕੋਈ ਕੋਟੇਸ਼ਨ ਆਉਂਦੀ ਹੈ ਤਾਂ ਤੁਸੀਂ ਦੱਸਣੀ ਹੈ ਇਹ ਵੱਧਦੀ ਹੈ ਸਰਕਾਰਾਂ ਤੋਂ ਬੇਮਾਨਾ ਕਪਲੇ ਕਾਰਾਂ ਤੋਂ ਠੀਕ ਹੈ ਫਸਟ ਕੁਐਸਚਨ ਹੈ ਭਾਵ ਕਿ ਮਹਿੰਗਾਈ ਦੀ ਜਿਹੜੀ ਸਮੱਸਿਆ ਹੈ ਉਹ ਕਿੱਥੋਂ ਜਨਮ ਲੈਂਦੀ ਹੈ ਕਿੱਥੋਂ ਜਨਮ ਲੈਂਦੀ ਹੈ ਸਰਕਾਰਾਂ ਤੋਂ ਗੌਰਮੈਂਟ ਤੋਂ ਠੀਕ ਹੈ ਇਸ ਤੋਂ ਇਲਾਵਾ ਬੇਈਮਾਨ ਜਿਹੜੇ ਲੋਕ ਹਨ ਘਪਲੇ ਕਰਨ ਵਾਲੇ ਘਪਲੇ ਮਤਲਬ ਜਿਹੜੇ ਸਮਾਨ ਨੂੰ ਗੋਦਾਮਾਂ ਦੇ ਵਿੱਚ ਭਰ ਕੇ ਰੱਖ ਲੈਂਦੇ ਹਨ ਤੇ ਮਾਰਕੀਟ ਦੇ ਵਿੱਚ ਇਹ ਅਨਾਊਂਸ ਕਰ ਦਿੰਦੇ ਹਨ ਕਿ ਇਸ ਚੀਜ਼ ਦੀ ਕਮੀ ਹੋ ਗਈ ਹੈ ਕਦੀ ਕਹਿ ਦੇਣਗੇ ਬਾਰਿਸ਼ ਜ਼ਿਆਦਾ ਆ ਗਈ ਹੈ ਕਦੀ ਸੋਕਾ ਪੈ ਗਿਆ ਹੈ ਕਿਸੇ ਨਾ ਕਿਸੇ ਤਰੀਕੇ ਮਾਰਕੀਟ ਦੇ ਵਿੱਚ ਇਹ ਅਫਵਾਹ ਫੈਲਾ ਦੇਣਗੇ ਕਿ ਇਹ ਚੀਜ਼ ਦੀ ਪੈਦਾਵਾਰ ਘੱਟ ਗਈ ਹੈ ਨੈਚੁਰਲੀ ਜਿਸ ਚੀਜ਼ ਦੀ ਪੈਦਾਵਾਰ ਘੱਟ ਜਾਏਗੀ ਉਸ ਚੀਜ਼ ਦੀ ਕੀਮਤ ਕੀ ਹੋਏਗੀ ਵੱਧ ਜਾਏਗੀ ਘਪਲੇਕਾਰ ਘਪਲੇ ਕਰਨ ਵਾਲੇ ਠੀਕ ਹੈ ਕਲੀਅਰ ਹੈ ਵੱਧਦੀ ਹੈ ਸਰਕਾਰਾਂ ਤੋਂ ਬੇਈਮਾਨਾ ਘਪਲੇਕਾਰਾਂ ਤੋਂ ਇੱਕ ਹੋਰ ਕੋਟੇਸ਼ਨ ਹੈ ਚਾਹੇ ਇਹਨੂੰ ਲਾਸਟ ਵਿੱਚ ਲਿਖ ਲੈਣਾ ਇਹ ਭ੍ਰਿਸ਼ਟਾਚਾਰ ਦੀ ਜਾਈ ਹੈ ਜਾਈ ਮਤਲਬ ਜਨਮ ਮਹਿੰਗਾਈ ਨੂੰ ਕਿੰਨੇ ਜਨਮ ਦਿੱਤਾ ਹੈ ਭ੍ਰਿਸ਼ਟਾਚਾਰ ਲੋਕਾਂ ਨੇ ਰਿਸ਼ਵਤਖੋਰ ਲੋਕਾਂ ਨੇ ਬੇਈਮਾਨ ਲੋਕਾਂ ਨੇ ਜਿਹੜਾ ਸਿਰਫ ਆਪਣੇ ਬਾਰੇ ਸੋਚਦੇ ਹਨ ਕੁਝ ਹੋਰ ਨਹੀਂ ਮਹਿੰਗਾਈ ਹੈ ਇਹ ਇਹਦੇ ਕਰਕੇ ਕੀ ਹੋ ਰਿਹਾ ਹੈ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਕਲੀਅਰ ਹੈ ਉਸ ਤੋਂ ਬਾਅਦ ਤੁਸੀਂ ਫਸਟ ਪਹਿਲਾਂ ਲਿਖਣਾ ਹੈ ਭੂਮਿਕਾ ਠੀਕ ਹੈ ਜੋ ਤੁਸੀਂ ਸੁਣਾਈ ਸੀ ਠੀਕ ਹੈ ਜਿਹੜਾ ਮਰਜ਼ੀ ਲੇਖ ਆਵੇ ਭੂਮਿਕਾ ਸੇਮ ਹੀ ਹੈ ਭਾਰਤ ਨੂੰ ਆਜ਼ਾਦ ਹੋਇਆ ਕਿੰਨਾ ਹੀ ਚਿਰ ਹੋ ਗਿਆ ਪਰ ਫਿਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਜਿਵੇਂ ਮਹਿੰਗਾਈ ਹੈ ਬੇਰੁਜ਼ਗਾਰੀ ਹੈ ਭ੍ਰਿਸ਼ਟਾਚਾਰ ਹੈ ਗਰੀਬੀ ਹੈ ਅਨਪੜ੍ਹਤਾ ਹੈ ਆਦਿ ਇਹ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਤੇ ਸਭ ਤੋਂ ਜ਼ਿਆਦਾ ਜਿਹੜੀ ਭਿਆਨਕ ਸਮੱਸਿਆ ਇਹ ਕਿਹੜੀ ਹੈ ਮਹਿੰਗਾਈ ਦੀ ਸਮੱਸਿਆ ਹੈ ਠੀਕ ਹੈ ਇਹ ਸਾਰੀਆਂ ਸਮੱਸਿਆਵਾਂ ਦੀ ਜੜ ਹੈ ਮਹਿੰਗਾਈ ਵਧਣ ਦੇ ਕਰਕੇ ਬਹੁਤ ਜ਼ਿਆਦਾ ਅਸਰ ਹੈ ਗਰੀਬ ਤੇ ਆਮ ਲੋਕਾਂ ਤੇ ਪੈਂਦਾ ਹੈ ਕਲੀਅਰ ਹੈ ਹੁਣ ਆਪਾਂ ਸੈਕਿੰਡ ਹੈਡਿੰਗ ਕਰਾਂਗੇ
ਮਹਿੰਗਾਈ ਵਧਣ ਦੇ ਕਾਰਨ ਇੱਕ ਇੱਕ ਰੀਜ਼ਨ ਮੈਨੂੰ ਬੋਲਦੇ ਜਾਣਾ ਮਹਿੰਗਾਈ ਵਧਣ ਦੇ ਕਾਰਨ ਠੀਕ ਹੈ ਤੇ ਸਭ ਹੈਡਿੰਗ ਲਿਖਾਂਗੇ ਸਭ ਤੋਂ ਪਹਿਲਾਂ ਹੈਡਿੰਗ ਕੌਣ ਬੋਲੇਗਾ ਬੇਟਾ ਫਸਟ ਹੈਡਿੰਗ ਕੋਈ ਬੋਲੇਗਾ ਬੇਟਾ ਯੈਸ ਗੁਸ਼ਾਨ ਗੁਸ਼ਾਨ ਵੱਧ ਰਹੀ ਆਬਾਦੀ ਵੱਧ ਰਹੀ ਆਬਾਦੀ ਠੀਕ ਹੈ ਐਕਸਪਲੇਨ ਕਰੇਗਾ ਬੇਟਾ ਹਾਂਜੀ ਬੇਟਾ ਗੁਸ਼ਾਨ ਐਕਸਪਲੇਨ ਕਰੇਗਾ ਬੇਟਾ ਗੁਸ਼ਾਨ ਅਨਮਿਊਟ ਯੋਰਸੈਲਫ ਯੈਸ ਮੈਮ ਹਾਂ ਬੇਟਾ ਐਕਸਪਲੇਨ ਕਰ ਬੇਟਾ ਭਾਰਤ ਵਿੱਚ ਨਿਰੰਤਰ ਤੇ ਬੇਰੋਕ ਵੱਧ ਰਹੀ ਆਬਾਦੀ ਇੱਕ ਚਿੰਤਾਜਨਕ ਵਿਸ਼ਾ ਹੈ ਆਪਣੇ ਨਾਲ ਹੋਰ ਵੀ ਕਈ ਮੁਸੀਬਤਾਂ ਖੜੀ ਕਰ ਲੈਂਦੀ ਹੈ ਵਸਤੂਆਂ ਦੇ ਉਤਪਾਦਨ ਤੇ ਪੈਦਾਵਾਰ ਵਿੱਚ ਬੇਸ਼ੱਕ ਵਾਧਾ ਹੋ ਰਿਹਾ ਹੈ ਪਰੰਤੂ ਇਹ ਵਾਧਾ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਆਬਾਦੀ ਨਾਲ ਆਬਾਦੀ ਦੀ ਲੋੜ ਨਾਲ ਵੀ ਘਟ ਰਿਹਾ ਹੈ ਠੀਕ ਹੈ ਵੈਰੀ ਗੁੱਡ ਮੰਗ ਨਾਲ ਬੋਲ ਹਾਂ ਬੇਟਾ ਮੰਗ ਨਾਲ ਪੂਰੀ ਵੱਧ ਹੈ ਇਸ ਲਈ ਮਹਿੰਗਾਈ ਦਾ ਹੋਣਾ ਲਾਜ਼ਮੀ ਹੈ ਵੈਰੀ ਗੁੱਡ ਠੀਕ ਹੈ ਇਹਦੇ ਵਿੱਚ ਜਦੋਂ ਆਪਾਂ ਲੇਖ ਕਰਨਾ ਹੈ ਦੋ ਚੀਜ਼ਾਂ ਯਾਦ ਰੱਖਣੀਆਂ ਹੈ ਇੱਕ ਆਪਾਂ ਯਾਦ ਕਰਨੀ ਹੈ ਡਿਮਾਂਡ ਮੰਗ ਤੇ ਦੂਸਰੀ ਯਾਦ ਕਰਨੀ ਹੈ ਪੂਰਤੀ ਪੈਦਾਵਾਰ ਠੀਕ ਹੈ ਇੱਕ ਹੁੰਦੀ ਹੈ ਡਿਮਾਂਡ ਇੱਕ ਹੁੰਦੀ ਹੈ ਪੂਰਤੀ ਠੀਕ ਹੈ ਪੈਦਾਵਾਰ ਨੈਚੁਰਲੀ ਜਿਹਦੀ ਜਿਸ ਚੀਜ਼ ਦੀ ਮੰਗ ਜਿਹੜੀ ਜ਼ਿਆਦਾ ਹੋਏਗੀ ਠੀਕ ਹੈ ਜੇ ਮੰਗ ਜ਼ਿਆਦਾ ਹੈ ਡਿਮਾਂਡ ਜ਼ਿਆਦਾ ਹੈ ਠੀਕ ਹੈ ਪਰ ਪੂਰਤੀ ਕੀ ਹੈ ਘੱਟ ਹੈ ਚੀਜ਼ ਕੀ ਹੈ ਪੈਦਾਵਾਰ ਘੱਟ ਹੋਈ ਹੈ ਠੀਕ ਹੈ ਜਦੋਂ ਮੰਗ ਵਧੇਗੀ ਹਰੇਕ ਪੁਆਇੰਟ ਵਿੱਚ ਆਪਾਂ ਨੂੰ ਲੈਣਾ ਹੈ ਜਦੋਂ ਡਿਮਾਂਡ ਵਧੇਗੀ ਮੰਗ ਵਧੇਗੀ ਪਰ ਪੂਰਤੀ ਘੱਟ ਹੋਏਗੀ ਮੰਗਣ ਵਾਲੇ ਲੋਕ ਜ਼ਿਆਦਾ ਹੈ ਪਰ ਚੀਜ਼ ਕੀ ਹੈ ਸਾਡੇ ਕੋਲੋਂ ਘੱਟ ਹੈ ਨੈਚੁਰਲੀ ਉਸ ਚੀਜ਼ ਦੀ ਕੀਮਤ ਕੀ ਹੋਏਗੀ ਕੀਮਤ ਕੀ ਹੋਏਗੀ ਉਸ ਚੀਜ਼ ਦੀ ਕੀਮਤ ਵੱਧ ਹੋਏਗੀ ਠੀਕ ਹੈ ਜਦੋਂ ਵੀ ਮੰਗ ਜ਼ਿਆਦਾ ਹੋਏਗੀ ਠੀਕ ਹੈ ਮੰਗ ਕੀ ਹੋਏਗੀ ਜ਼ਿਆਦਾ ਤੇ ਪੂਰਤੀ ਕੀ ਹੋਏਗੀ ਘੱਟ ਹੋਏਗੀ ਪੈਦਾਵਾਰ ਘੱਟ ਹੋਏਗੀ ਤੇ ਹਮੇਸ਼ਾ ਉਦੋਂ ਕੀ ਹੋਏਗਾ ਕੀਮਤ ਵਧੇਗੀ ਕਿਉਂਕਿ ਲੈਣ ਵਾਲੇ ਜੋਗ ਜ਼ਿਆਦਾ ਹਨ ਖਰੀਦਣ ਵਾਲੇ ਜ਼ਿਆਦਾ ਹਨ ਪਰ ਚੀਜ਼ ਉਹ ਘੱਟ ਹੈ ਠੀਕ ਹੈ ਉਹ ਕੀ ਹੈ ਆਬਾਦੀ ਦਾ ਵਾਧਾ ਦਿਨ ਪ੍ਰਤੀ ਦਿਨ ਆਬਾਦੀ ਵੱਧ ਰਹੀ ਹੈ ਆਬਾਦੀ ਵਧਣ ਦੇ ਕਰਕੇ ਮੰਗ ਜ਼ਿਆਦਾ ਹੋ ਜਾਂਦੀ ਹੈ ਤੇ ਪੂਰਤੀ ਘੱਟ ਹੋ ਜਾਂਦੀ ਪੈਦਾਵਾਰ ਘੱਟ ਹੋ ਜਾਂਦੀ ਹੈ ਠੀਕ ਹੈ ਜਦੋਂ ਪੂਰਤੀ ਘੱਟ ਹੋਏਗੀ ਮੰਗਣ ਵਾਲੇ ਲੋਕ ਜ਼ਿਆਦਾ ਹੋਣਗੇ ਤੇ ਉਸ ਚੀਜ਼ ਦੀ ਕੀਮਤ ਕੀ ਹੋਏਗੀ ਵੱਧ ਜਾਏਗੀ ਜੋ ਮਹਿੰਗਾਈ ਦੇ ਵਧਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਸਮਝ ਆ ਗਈ ਕਿਸ ਤਰ੍ਹਾਂ ਐਕਸਪਲੇਨ ਕਰਨਾ ਰੱਟਾ ਲਾਉਣ ਦੀ ਲੋੜ ਨਹੀਂ ਹੈ ਬੇਟਾ ਸਿਰਫ ਮੇਨ ਪੁਆਇੰਟ ਸਮਝੋ ਮੰਗ ਅਤੇ ਪੂਰਤੀ ਡਿਮਾਂਡ ਠੀਕ ਹੈ ਤੇ ਪੈਦਾਵਾਰ ਹੋਣਾ ਕਿਸੇ ਚੀਜ਼ ਦਾ ਓਕੇ ਨੈਕਸਟ ਪੁਆਇੰਟ ਧੈਰਯ ਹਾਂ ਬੇਟਾ ਧੈਰਯ ਯੈਸ ਮੈਮ ਲੋਕਾਂ ਵਿੱਚ ਵੱਧ ਰਿਹਾ ਲਾਲਚ ਦਾ ਭਾਵ ਲਾਲਚ ਦਾ ਭਾਵ ਹਾਂ ਬੋਲ ਬੇਟਾ ਲਾਲਚ ਨੂੰ ਆਪਾਂ ਐਕਸਪਲੇਨ ਇੱਕ ਸੈਕਿੰਡ ਰਿਸ਼ਵਤਖੋਰੀ ਕਹਿ ਦਾਂਗੇ ਠੀਕ ਹੈ ਇਹਨੂੰ ਆਪਾਂ ਰਿਸ਼ਵਤਖੋਰੀ ਲੈ ਲੈਂਦੇ ਹਾਂ ਠੀਕ ਹੈ ਲਾਲਚ ਨੂੰ ਆਪਾਂ ਕੀ ਲੈ ਲੈਂਦੇ ਹਾਂ ਪੁਆਇੰਟ ਨੂੰ ਰਿਸ਼ਵਤਖੋਰੀ ਠੀਕ ਹੈ ਹਾਂ ਬੇਟਾ ਐਕਸਪਲੇਨ ਕਰ ਲੋਕਾਂ ਵਿੱਚ ਵੱਧ ਰਿਸ਼ਵਤਖੋਰੀ ਵੱਧ ਰਹੀ ਹੈ ਜਿਸ ਕਾਰਨ ਚੀਜ਼ਾਂ ਦੇ ਰੇਟ ਵੀ ਵੱਧ ਰਹੇ ਹਨ ਅਮੀਰ ਲੋਕੀ ਆਪਣੇ ਕੋਈ ਵੀ ਕੰਮ ਕਰਵਾਉਣਾ ਹੋਵੇ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਉਹਦੇ ਲਈ ਉਹਨਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਤੇ ਉਹ ਆਪਣੇ ਫਾਇਦੇ ਲਈ ਚੀਜ਼ਾਂ ਦੇ ਰੇਟ ਵਧਾ ਦਿੰਦੇ ਹਨ ਤਾਂ ਕਿ ਉਹਨਾਂ ਨੂੰ ਜ਼ਿਆਦਾ ਫਾਇਦਾ ਹੋ ਸਕੇ ਠੀਕ ਹੈ ਰਿਸ਼ਵਤਖੋਰੀ ਕਰਕੇ ਕਾਲਾ ਰਿਸ਼ਵਤਖੋਰੀ ਲਿਖ ਸਕਦੇ ਹੋ ਕਾਲਾ ਬਜ਼ਾਰੀ ਲਿਖ ਸਕਦੇ ਹੋ ਜਾਂ ਜਮਾਖੋਰੀ ਵੀ ਲਿਖ ਸਕਦੇ ਹੋ ਠੀਕ ਹੈ ਰਿਸ਼ਵਤਖੋਰੀ ਕਰਕੇ ਅੱਜ ਕੱਲ੍ਹ ਹਰ ਜਗ੍ਹਾ ਅਸੀਂ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਸਾਨੂੰ ਪਹਿਲਾਂ ਰਿਸ਼ਵਤ ਦੇਣੀ ਪੈਂਦੀ ਹੈ ਬਿਨਾਂ ਰਿਸ਼ਵਤ ਲਿਆ ਕੋਈ ਵੀ ਕੰਮ ਨਹੀਂ ਹੁੰਦਾ ਜਿਸਦਾ ਅਸਰ ਕਿਤੇ ਪੈਂਦਾ ਹੈ ਸਾਡੇ ਚੀਜ਼ਾਂ ਦੀਆਂ ਕੀਮਤਾਂ ਤੇ ਪੈਂਦਾ ਹੈ ਨੈਕਸਟ ਪੁਆਇੰਟ ਹੈ ਥਰਡ ਪੁਆਇੰਟ ਲਿਖੋ ਦੋਸ਼ਪੂਰਨ ਆਯਾਤ ਨਿਰਯਾਤ ਪ੍ਰਣਾਲੀ ਅੱਛਾ ਮੈਨੂੰ ਦੱਸੇਗਾ ਆਯਾਤ ਨਿਰਯਾਤ ਕੀ ਹੁੰਦਾ ਇਹਦਾ ਕੀ ਮੀਨਿੰਗ ਹੈ ਆਯਾਤ ਤੇ ਨਿਰਯਾਤ ਦਾ ਕੀ ਮੀਨਿੰਗ ਹੈ
हाँ जी पता है बेटा किसी नु जपची वेरी गुड हाँ जी मान्यवित हाँ जी मान्यवित इंपोर्ट एक्सपोर्ट हाँ इंपोर्ट एक्सपोर्ट अच्छा इंपोर्ट एक्सपोर्ट का महंगाई ते की है असर पैना एक्सप्लेन करेंगे बेटा मान्यवित मैम हाँ एक इंपोर्ट एक्सपोर्ट का महंगाई ते की असर पै सकता किस तरह असर पै सकता दूजे देशां दी महंगियां वस्तां वध तों वध टैक्स भर के साडे कोल आंदियां हन ते वधाई वधन दा इक वड्डा कारण है हां गुड है गुड है राघव वेरी गुड राघव राघव मैम जो कोई चीज बाहर इम्पोर्ट होंगी है तो वेट वे क्योंकि कई तरह के इम्पोर्ट टैक्स लग जाते हैं जो कोई चीज इतो की एक्सपोर्ट होंगी है पर रेट कट जाते हैं क्योंकि कोई टैक्स नहीं लगता हम अपा फिर तो ठीक हो गया याद वाला नहीं याद अब देखो बेटा इम्पोर्ट एक्सपोर्ट का दोष पूर्ण जिहड़ी चीज अपने देश पैदा हुई है ठीक है जो ही चीज नूं असीं बाहरले देश भेज देंगे जिहड़ी चीज अपने देश पैदा हुई है जो चीज दूसरे देश भेज देंगे तो उस चीज की जिहड़ी कमी है वो अपने देश विच नहीं हो जाएगी अपनी पापुलेशन भी तो वही है ठीक है अपनी आबादी भी तो वाद है फिर वही चीज सानू कितों मंगवानी पैंदी है फिर एक्सपोर्ट करानी पैंदी है हाँ जो वही चीज आप दोबारा तो वो अपने नवे तरीके के टैग लगा के हर चीज नवे तरीके करके चीज साड़ी होंगी है ठीक है बाहरों जो असि वही चीज मंगवाते हैं ਬਾਹਰੋਂ ਜਦੋਂ ਇਹ ਚੀਜ਼ ਮੰਗਵਾਉਂਦੇ ਆ ਤੇ ਉਹਦੀ ਕੀਮਤ ਕਿਉਂ ਹੁੰਦੀ ਪਲੱਸ ਹੋ ਜਾਂਦੀ ਹੈ ਟੈਕਸ ਲੱਗ ਜਾਂਦੇ ਆ ਤੇ ਉਹ ਫੇਰ ਮਹਿੰਗੀ ਹੋ ਜਾਂਦੀ ਹੈ ਕੀਮਤ ਉਹਦੀ ਕਿਉਂ ਹੁੰਦੀ ਹੈ ਵੱਧ ਜਾਂਦੀ ਹੈ ਪਲੱਸ ਹੋ ਜਾਂਦੀ ਹੈ ਭਾਵ ਕੀ ਉਹਦੇ ਕੀ ਲੱਗ ਜਾਂਦੇ ਹਨ ਟੈਕਸ ਲੱਗ ਜਾਂਦੇ ਹਨ ਟੈਕਸ ਲੱਗ ਜਾਂਦੇ ਇਸ ਕਰਕੇ ਉਹ ਕੀਮਤ ਜਿਹੜੀ ਕੀ ਹੈ ਵੱਧ ਜਾਂਦੀ ਹੈ ਤੇ ਮਹਿੰਗਾਈ ਵਧਣ ਦਾ ਇੱਕ ਕਾਰਨ ਹੈ ਦੁਬਾਰਾ ਐਕਸਪਲੇਨ ਕਰ ਰਹੀ ਹਾਂ ਦੋਸ਼ਪੂਰਨ ਆਯਾਤ ਨਿਰਯਾਤ ਪ੍ਰਣਾਲੀ ਸਾਡੇ ਦੇਸ਼ ਦੀ ਜਿਹੜੀ ਆਯਾਤ ਐਕਸਪੋਰਟ ਤੇ ਇੰਪੋਰਟ ਪ੍ਰਣਾਲੀ ਉਹ ਦੋਸ਼ਪੂਰਨ ਹੈ ਜਦੋਂ ਸਾਡੇ ਦੇਸ਼ ਵਿੱਚ ਬੇਟਾ ਕੋਈ ਚੀਜ਼ ਪੈਦਾ ਹੁੰਦੀ ਹੈ ਜਦੋਂ ਆਪਾਂ ਉਹੀ ਚੀਜ਼ ਨੂੰ ਦੂਸਰੀ ਕੰਟਰੀ ਦੇ ਵਿੱਚ ਭੇਜਦੇ ਹਾਂ ਦੂਸਰੇ ਦੇਸ਼ ਦੇ ਵਿੱਚ ਭੇਜਦੇ ਹਾਂ ਤੇ ਉਸ ਚੀਜ਼ ਦੀ ਕੀਮਤ ਕੀ ਹੁੰਦੀ ਬੇਟਾ ਵੱਧ ਜਾਂਦੀ ਹੈ ਤੇ ਦੁਬਾਰਾ ਜਦੋਂ ਉਹੀ ਚੀਜ਼ ਅਸੀਂ ਮੰਗਵਾਉਣੀ ਹੈ ਉਸ ਚੀਜ਼ ਤੇ ਕੀ ਲੱਗ ਜਾਂਦਾ ਟੈਕਸ ਲੱਗ ਜਾਂਦਾ ਟੈਕਸ ਲੱਗਣ ਦੇ ਕਰਕੇ ਉਸ ਚੀਜ਼ ਦੀ ਕੀਮਤ ਕੀ ਹੁੰਦੀ ਬੇਟਾ ਵੱਧ ਜਾਂਦੀ ਹੈ ਜੋ ਇੱਕ ਮਹਿੰਗਾਈ ਵਧਣ ਦਾ ਬਹੁਤ ਵੱਡਾ ਕਾਰਨ ਹੈ ਕਲੀਅਰ ਹੈ ਬੇਟਾ ਸਾਰਿਆਂ ਨੂੰ ਪੁਆਇੰਟ ਯੈਸ ਬੇਟਾ ਕਲੀਅਰ ਹੈ ਠੀਕ ਹੈ ਚਲੋ ਆਪਾਂ ਨੈਕਸਟ ਪੁਆਇੰਟ ਕਰਦੇ ਹਾਂ ਥਰਡ ਪੁਆਇੰਟ ਸਰਕਾਰੀ ਖਰਚੇ ਸਰਕਾਰੀ ਖਰਚੇ ਯੈਸ ਇਹਨੂੰ ਕੌਣ ਐਕਸਪਲੇਨ ਕਰੇਗਾ ਸਰਕਾਰੀ ਖਰਚੇ ਪੁਆਇੰਟ ਨੂੰ ਗੌਰਮੈਂਟ ਵੱਲੋਂ ਜੋ ਖਰਚੇ ਹੋ ਰਹੇ ਹੈ ਉਹਨਾਂ ਕਰਕੇ ਮਹਿੰਗਾਈ ਕਿਸ ਤਰ੍ਹਾਂ ਵੱਧ ਰਹੀ ਹੈ ਯੈਸ ਐਨੀ ਵਨ ਸਟੂਡੈਂਟ ਬੇਟਾ ਸਰਕਾਰੀ ਖਰਚੇ ਅੰਸ਼ੀਆ ਬੇਟਾ ਅੰਸ਼ੀਆ ਅਨਮਿਊਟ ਯੂਰਸੈਲਫ ਬੇਟਾ ਯੈਸ ਧੈਰਿਆ Yes, ma'am. हाँ बेटा सरकार नवे नवे प्रोजेक्टां उते पैसे ला रही है हाँ और साइंस दे तजर्बे उते पैसे ला रही है जिस करके ओ लोका तो चीज़ा दे रेट वधा के पैसे जमा कर रही है इस करके महंगाई वध रही है हाँ और कई बारी बेटा आप जानने हैं टोल टैक्स कितना लगता है किसी भी आप दूसरे जाना हो शहर दे विच ठीक है लुधियाने जाना है दिल्ली जाना है दूसरे शहर दे विच जाना है और टोल टैक्स लगे हुंदे है ठीक है सरकारी की सरकार की कहती सड़क बनानी है ठीक है पुल बनाने हैं ठीक है या उन्होंने कह देना कि आप कोई रिसर्च ना रिलेटिड कोई नवी नवी चीज़ों की खोजा करनी है ठीक है उदे करके जी सरकार की है अपने खर्चे बढ़ा देती है तो वह खर्चिया का भार गवर्नमेंट से थोड़ी पैंदा वो कितने पैंदा आम इंसान से पैंदा कि रूप टैक्स के रूप कभी डायरेक्ट टैक्स कभी इनडायरेक्ट टैक्स
ਡਾਇਰੈਕਟ ਮਤਲਬ ਜੋ ਅਸੀਂ ਸਿੱਧੇ ਰੂਪ ਚ ਦਿੰਦੇ ਆ ਜੋ ਸਾਲ ਦੇ ਵਿੱਚ ਆਪਾਂ ਰਿਟਰਨ ਪੇ ਕਰਦੇ ਆ ਤੇ ਇਨਡਾਇਰੈਕਟ ਹੁੰਦਾ ਜੋ ਸਮਾਨ ਤੇ ਲੱਗਾ ਹੁੰਦਾ ਦੋ ਤਰ੍ਹਾਂ ਦੇ ਟੈਕਸ ਹੁੰਦੇ ਆ ਇੱਕ ਹੁੰਦਾ ਡਾਇਰੈਕਟ ਇੱਕ ਹੁੰਦਾ ਇਨਡਾਇਰੈਕਟ ਟੈਕਸ ਠੀਕ ਹੈ ਡਾਇਰੈਕਟ ਜੋ ਆਪਾਂ ਸਿੱਧੇ ਰੂਪ ਹੀ ਦਿੰਦੇ ਆ ਇਨਡਾਇਰੈਕਟ ਜੋ ਸਮਾਨ ਦੇ ਵਿੱਚ ਛਿਪਿਆ ਹੁੰਦਾ ਤੁਸੀਂ ਨਿੱਕੀ ਜਿਹੀ ਵੀ ਚੀਜ਼ ਲੋਗੇ ਨਾ ਕੋਈ 5 ਰੁਪੀਸ ਦਾ ਕੁਰਕਰੇ 10 ਰੁਪੀਸ ਦਾ ਲੇਸ ਜਾਂ ਓਇਲ ਦੀ ਬੋਟਲ ਉਹਦੇ ਵਿੱਚ ਵੀ ਟੈਕਸ ਲੱਗਾ ਹੁੰਦਾ ਹੈ ਅੱਜ ਕੱਲ 12% ਹਰ ਚੀਜ਼ ਦੇ ਟੈਕਸ ਲੱਗ ਰਿਹਾ ਹੈ ਠੀਕ ਹੈ ਨੈਚੁਰਲੀ ਉਸ ਚੀਜ਼ ਦੇ ਜਦੋਂ ਟੈਕਸ ਲੱਗ ਜਾਏਗਾ ਤੇ ਉਹ ਚੀਜ਼ ਦੀ ਕੀਮਤ ਕੀ ਹੋਏਗੀ ਵੱਧ ਜਾਏਗੀ ਸੇਮ ਪੁਆਇੰਟ ਐਕਸਪਲੇਨ ਕਰੋ ਬੇਟਾ ਯੈਸ ਜਾਨਵੀ ਬੇਟਾ ਵੈਰੀ ਗੁੱਡ ਦੇ ਰਿਹਾ ਯੈਸ ਜਾਨਵੀ ਜੀ ਐਨ ਜਾਨਵੀ ਅੱਜ ਕੱਲ ਸਰਕਾਰ ਦੁਆਰਾ ਹਰ ਸਾਲ ਘਾਟੇ ਦੇ ਬਜਟ ਵੱਧਦੇ ਜਾ ਰਹੇ ਹਨ ਇੱਕ ਸੈਕਿੰਡ ਇਸ ਕਾਰਨ ਦੇ ਜਾਨਵੀ ਉਹ ਆਪਾਂ ਨੈਕਸਟ ਪੁਆਇੰਟ ਕਰ ਦਾਂਗੇ ਠੀਕ ਹੈ ਉਹਨਾਂ ਘਾਟੇ ਦਾ ਬਜਟ ਹੈ ਨਾ ਉਹਨੂੰ ਆਪਾਂ ਨੈਕਸਟ ਪੁਆਇੰਟ ਵਿੱਚ ਲੈ ਲਾਂਗੇ ਤੇਰੇ ਨੂੰ ਠੀਕ ਹੈ ਚਲ ਬੋਲ ਦੇ ਉਹਨੂੰ ਘਾਟੇ ਦੇ ਬਜਟ ਚ ਲੈ ਲਾਂਗੇ ਹਾਂ ਬੋਲ ਬੇਟਾ ਉਹਨੂੰ ਪੁਆਇੰਟ ਬਣਾ ਲਾਂਗੇ ਹਰ ਸਾਲ ਘਾਟੇ ਦੇ ਬਜਟ ਪੇਸ਼ ਹੋ ਰਹੇ ਹਨ ਇਸ ਕਾਰਨ ਦੇਸ਼ ਵਿੱਚ ਉਤਪਾਦਨ ਦਾ ਦਰ ਸਥਿਰ ਨਹੀਂ ਹੋ ਰਿਹਾ ਸਰਕਾਰ ਦੁਆਰਾ ਘਾਟੇ ਦੀ ਵਿਵਸਥਾ ਨੂੰ ਪੂਰਾ ਕਰਨ ਲਈ ਵੀ ਟੈਕਸਾਂ ਦੀ ਵਿਵਸਥਾ ਕਰੀ ਜਾ ਰਹੀ ਹੈ ਜਿਸ ਕਾਰਨ ਮਹਿੰਗਾਈ ਵੱਧ ਰਹੀ ਹੈ ਅੱਛਾ ਵੈਰੀ ਗੁੱਡ ਅੱਛਾ ਘਾਟੇ ਦਾ ਬਜਟ ਹੈ ਕੀ ਮੀਨਿੰਗ ਕੀ ਉਹਦਾ ਘਾਟੇ ਦਾ ਬਜਟ ਦਾ ਕੋਈ ਦੱਸੇਗਾ ਬੇਟਾ ਘਾਟੇ ਦਾ ਬਜਟ ਕੀ ਹੈ ਇਹਦਾ ਮੀਨਿੰਗ ਕੀ ਹੈ ਘਾਟੇ ਦਾ ਬਜਟ ਚਿਤੰਤਿਆ ਹਾਂਜੀ ਚਿਤੰਤਿਆ ਬੇਟਾ ਚਿਤੰਤਿਆ ਅਨਮਿਊਟ ਯੋਰਸੈਲਫ ਚਿਤੰਤਿਆ ਯੈਸ ਗੁਰਸ਼ਾਨ ਹਾਂਜੀ ਗੁਰਸ਼ਾਨ ਬੇਟਾ ਮੈਮ ਹਰ ਸਾਲ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਜਿਸ ਵਿੱਚ ਕਰਜ਼ਾ ਮਾਫੀ ਅਤੇ ਕਈ ਹੋਰ ਸਕੀਮਾਂ ਦਾ ਵਰਣਨ ਹੁੰਦਾ ਹੈ ਪਰ ਇਹ ਬਜਟ ਵੀ ਲਿਖਤ ਤੌਰ ਤੇ ਹੀ ਹੁੰਦਾ ਹੈ ਇਸ ਵਿੱਚ ਕੋਈ ਵੀ ਕਰਜ਼ਾ ਮਾਫੀ ਹੁੰਦੀ ਹੈ ਉਸ ਨੂੰ ਪੂਰਾ ਕਰਨ ਲਈ ਆਮ ਜਨਤਾ ਦੇ ਮੋਢਿਆਂ ਤੇ ਟੈਕਸ ਵੇਟ ਚੰਗੀ ਆਦਿ ਦਾ ਭਾਰ ਪਾਇਆ ਜਾਂਦਾ ਹੈ ਜੋ ਕੀਮਤਾਂ ਨੂੰ ਵਧਾ ਦਿੰਦਾ ਹੈ ਚਲੋ ਠੀਕ ਹੈ ਘਾਟੇ ਦਾ ਬਜਟ ਦਾ ਮੀਨਿੰਗ ਹੈ ਘਾਟੇ ਦਾ ਬਜਟ ਇਹਦਾ ਮੀਨਿੰਗ ਹੈ ਬੇਟਾ ਸਰਕਾਰ ਹਰ ਸਾਲ ਜਦੋਂ ਬਜਟ ਪੇਸ਼ ਕਰਦੀ ਉਹ ਕਹਿੰਦੀ ਘਾਟੇ ਦਾ ਇਹਦਾ ਮੀਨਿੰਗ ਹੈ ਕਿ ਸਰਕਾਰ ਇਹ ਕਹਿੰਦੀ ਹੈ ਕਿ ਉਸਨੂੰ ਇਨਕਮ ਘੱਟ ਹੋਈ ਹੈ ਠੀਕ ਹੈ ਤੇ ਉਹਦੇ ਖਰਚੇ ਜ਼ਿਆਦਾ ਹੋ ਗਏ ਨੇ ਇਹਦਾ ਮੀਨਿੰਗ ਕੀ ਹੈ ਸਰਕਾਰ ਕੀ ਕਹਿੰਦੀ ਹੈ ਇਹਨੂੰ ਆਮਦਨ ਜਿਹੜੀ ਇਹ ਪੇਸ਼ ਕਰਦੀ ਹੈ ਕਿ ਆਮਦਨ ਉਸਨੂੰ ਘੱਟ ਹੋਈ ਹੈ ਤੇ ਉਹਦਾ ਖਰਚਾ ਕੀ ਹੋਇਆ ਹੈ ਜ਼ਿਆਦਾ ਹੋਇਆ ਹੈ ਜਿਹਦੇ ਕਰਕੇ ਫਿਰ ਨਵੀਂ ਕਰੰਸੀ ਨਵੇਂ ਨੋਟ ਛਪਦੇ ਹਨ ਨਵੀਂ ਕਰੰਸੀ ਛਪਦੀ ਹੈ ਨਵੇਂ ਨੋਟ ਛਪਦੇ ਹਨ ਤੇ ਇਸ ਤੋਂ ਇਲਾਵਾ ਟੈਕਸ ਲਗਾਏ ਜਾਂਦੇ ਹਨ ਠੀਕ ਹੈ ਸਰਕਾਰ ਹਰ ਸਾਲ ਘਾਟੇ ਦਾ ਬਜਟ ਪੇਸ਼ ਕਰਦੀ ਹੈ ਕੀ ਕਹਿੰਦੀ ਹੈ ਕਿ ਉਸ ਬਜਟ ਵਿੱਚ ਕਹਿੰਦੀ ਹੈ ਕਿ ਉਸਨੂੰ ਆਮਦਨ ਘੱਟ ਹੋਈ ਹੈ ਕੋਈ ਨਾ ਕੋਈ ਤਰੀਕਾ ਕਹਿ ਕੇ ਠੀਕ ਹੈ ਉਹਨੇ ਗਰੀਬਾਂ ਦੀ ਮਦਦ ਕਰਨੀ ਹੈ ਸਰਕਾਰੀ ਕਰਜ਼ਿਆਂ ਨੂੰ ਮਾਫ਼ ਕਰਨਾ ਹੈ ਕਿਸਾਨਾਂ ਦੇ ਜਾਂ ਕੋਈ ਬਾੜ ਆ ਗਈ ਹੈ ਕਿਸੇ ਤਰੀਕੇ ਵੀ ਤੇ ਉਹ ਕਹਿੰਦੀ ਖਰਚਾ ਜ਼ਿਆਦਾ ਹੋਇਆ ਹੈ ਜਿਸ ਕਰਕੇ ਉਹ ਸਰਕਾਰ ਉਹ ਆਪਣੇ ਘਾਟੇ ਦੇ ਬਜਟ ਨੂੰ ਪੂਰਾ ਕਰਨ ਲਈ ਨਵੀਂ ਕਰੰਸੀ ਨਵੇਂ ਨੋਟ ਛਾਪਦੀ ਹੈ ਜਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਟੈਕਸ ਲਗਾਏ ਜਾਂਦੇ ਹਨ ਜਦੋਂ ਨਵੇਂ ਨੋਟ ਛੱਪਣਗੇ ਟੈਕਸ ਲਗਾਏ ਜਾਣਗੇ ਤੇ ਉਹ ਨੈਚੁਰਲੀ ਮਾਰਕੀਟ ਦੇ ਵਿੱਚ ਜਿਹੜੀ ਕਿ ਮਹਿੰਗਾਈ ਦੀ ਸਮੱਸਿਆ ਪੈਦਾ ਹੋਏਗੀ ਅਮੀਰ ਲੋਕਾਂ ਨੂੰ ਕੋਈ ਅਸਰ ਨਹੀਂ ਹੋਏਗਾ ਜਿਹੜੀ ਮਿਡਲ ਫੈਮਿਲੀ ਹੈ ਗਰੀਬ ਲੋਕ ਹੈ ਉਹਨਾਂ ਨੂੰ ਇਸਦਾ ਅਸਰ ਹੋਏਗਾ ਸਮਝ ਲਿਆ ਕਿ ਘਾਟੇ ਦਾ ਬਜਟ ਕੀ ਹੈ ਕਲੀਅਰ ਹੈ ਤੇ ਸਰਕਾਰੀ ਖਰਚੇ ਕੀ ਲਿਖਾਂਗੇ ਸਰਕਾਰ ਜਿਹੜੇ ਕੀ ਹੈ ਕਦੀ ਬਾੜ ਆ ਗਈ ਕਾਨੂੰਨ ਠੀਕ ਹੈ ਦੇਸ਼ ਦੀ ਸੁਰੱਖਿਆ ਹੋ ਗਈ ਜਾਂ ਸਰਕਾਰ ਨੇ ਕੋਈ ਵੀ ਵਿਗਿਆਨ ਨਾਲ ਸੰਬੰਧਿਤ ਕੋਈ ਖੋਜਾਂ ਕਰਨੀ ਹੈ ਉਹਦੇ ਕਾਫੀ ਖਰਚੇ ਹੋ ਜਾਂਦੇ ਹਨ ਤੇ ਉਹ ਖਰਚਿਆਂ ਨੂੰ ਸਰਕਾਰ ਟੈਕਸ ਦੇ ਰੂਪ ਵਿੱਚ ਕਿਹੜੇ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਦੇ ਰੂਪ ਵਿੱਚ ਵਸੂਲ ਕਰਦੀ ਹੈ ਕਿਹਨਾਂ ਕੋਲੋਂ ਲੋਕਾਂ ਕੋਲੋਂ ਓਕੇ ਨੈਕਸਟ ਪੁਆਇੰਟ ਪੈਦਾਵਾਰ ਵਿੱਚ ਕਮੀ ਇਹਨੂੰ ਕੌਣ ਐਕਸਪਲੇਨ ਕਰੇਗਾ ਬੇਟਾ 6th ਪੁਆਇੰਟ ਨੂੰ ਪੈਦਾਵਾਰ ਕੀ ਹੁੰਦਾ ਹੈ ਐਕਸਪਲੇਨ ਕਰੋ ਬੇਟਾ ਇਸ ਪੁਆਇੰਟ ਨੂੰ ਪੈਦਾਵਾਰ ਵਿੱਚ ਕਮੀ ਭਾਵ ਕਿ ਪ੍ਰੋਡਕਸ਼ਨ ਘੱਟ ਹੋਣੀ ਚੀਜ਼ ਦੀ ਡਿਮਾਂਡ ਵੱਧ ਹੋਣਾ
ਜੋ ਚੀਜ਼ ਦੀ ਪੈਦਾਵਾਰ ਘੱਟ ਹੋਣੀ ਠੀਕ ਹੈ ਪੈਦਾਵਾਰ ਚ ਕਮੀ ਹੋਣ ਦੇ ਕਰਕੇ ਡਿਮਾਂਡ ਜ਼ਿਆਦਾ ਹੋਣ ਕਰਕੇ ਮੰਗ ਜ਼ਿਆਦਾ ਹੋਣ ਕਰਕੇ ਉਸ ਚੀਜ਼ ਦੀ ਕੀਮਤ ਵੱਧ ਜਾਂਦੀ ਹੈ ਯੈਸ ਰਾਘਵ ਬੇਟਾ ਰਾਘਵ ਹਾਂ ਬੇਟਾ ਬੋਲ ਯੈਸ ਮੈਮ ਅਗਰ ਕਿਸੇ ਚੀਜ਼ ਦੀ ਡਿਮਾਂਡ ਜ਼ਿਆਦਾ ਹੋਵੇ ਤੇ ਉਸਦੀ ਪੈਦਾਵਾਰ ਘੱਟ ਹੋ ਜਾਵੇ ਜਿੱਦਾਂ ਫੈਕਟਰੀਆਂ ਬੰਦ ਹੋ ਜਾਣ ਜਾਂ ਖਰਾਬ ਮੌਸਮ ਕਰਕੇ ਫਸਲਾਂ ਬਰਬਾਦ ਹੋ ਜਾਣ ਤੇ ਉਹ ਚੀਜ਼ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਉਸਦੀ ਸਪਲਾਈ ਘੱਟ ਹੋ ਜਾਂਦੀ ਹੈ ਹਾਂ ਵੈਰੀ ਗੁੱਡ ਠੀਕ ਹੈ ਪੈਦਾਵਾਰ ਕਮੀ ਜਦੋਂ ਕਿਸੇ ਚੀਜ਼ ਦੀ ਪੈਦਾਵਾਰ ਘੱਟ ਹੋਏਗੀ ਪਰ ਉਹ ਚੀਜ਼ ਦੀ ਮੰਗ ਜ਼ਿਆਦਾ ਹੋਏਗੀ ਮੰਗ ਜ਼ਿਆਦਾ ਹੋਣ ਦੇ ਕਰਕੇ ਉਸ ਚੀਜ਼ ਦੀ ਕੀਮਤ ਵੱਧ ਜਾਏਗੀ ਜੋ ਕਿ ਮਹਿੰਗਾਈ ਵਧਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਠੀਕ ਹੈ ਨੈਕਸਟ ਪੁਆਇੰਟ ਹੈ 7 ਪੁਆਇੰਟ ਭ੍ਰਿਸ਼ਟਾਚਾਰ ਲੋ ਭ੍ਰਿਸ਼ਟਾਚਾਰ ਲਿਖ ਲਓ ਚਾਰ ਜਮਾਖੋਰੀ ਜਮਾਖੋਰੀ ਐਕਸਪਲੇਨ ਕਰੋ ਬੇਟਾ ਇਹਨੂੰ ਭ੍ਰਿਸ਼ਟਾਚਾਰੀ ਜਮਾਖੋਰੀ ਜਮਾਖੋਰੀ ਮਤਲਬ ਚੀਜ਼ ਨੂੰ ਸਟੋਕ ਕਰਕੇ ਰੱਖ ਲੈਣਾ ਗੋਦਾਮਾਂ ਦੇ ਵਿੱਚ ਭਰ ਕੇ ਰੱਖ ਲੈਣਾ ਯੈਸ ਯੈਸ ਬੇਟਾ ਇਹ ਪੁਆਇੰਟ ਨੂੰ ਐਕਸਪਲੇਨ ਕਰੋ ਪੁੱਤਰ ਜਦੋਂ ਆਪਾਂ ਚੀਜ਼ਾਂ ਨੂੰ ਸਟੋਕ ਕਰਕੇ ਰੱਖ ਲੈਂਦੇ ਉਹਦੇ ਕਰਕੇ ਮਹਿੰਗਾਈ ਕਿਸ ਤਰ੍ਹਾਂ ਵੱਧਦੀ ਹੈ ਯੈਸ ਯੈਸ ਜੀਆ ਬੇਟਾ ਹਾਂਜੀ ਜੀਆ ਬੇਟਾ ਭ੍ਰਿਸ਼ਟਾਚਾਰ ਨੂੰ ਮਹਿੰਗਾਈ ਦੀ ਮਾਂ ਵੀ ਕਿਹਾ ਜਾਂਦਾ ਹੈ ਮਹਿੰਗਾਈ ਨਾਲ ਦੇਸ਼ ਵਿੱਚ ਗਰੀਬੀ ਬਹੁਤ ਵੱਧ ਰਹੀ ਹੈ ਤੇ ਉਸਦੀ ਅਰਥ ਵਿਵਸਥਾ ਵਿਗੜ ਜਾਂਦੀ ਹੈ ਬਹੁਤ ਸਾਰੇ ਅਮੀਰ ਲੋਕ ਆਪਣਾ ਧਨ ਅੰਦਰ ਜਮ੍ਹਾਂ ਕਰਕੇ ਰੱਖਦੇ ਹਨ ਜਿਸ ਕਾਰਨ ਵਪਾਰੀ ਲੋਕ ਆਪਣਾ ਧਨ ਅੰਦਰ ਜਮ੍ਹਾਂ ਕਰਕੇ ਰੱਖਦੇ ਹਨ ਜਿਸ ਕਾਰਨ ਚੀਜ਼ਾਂ ਦਾ ਉਤਪਾਦਨ ਘੱਟ ਹੋ ਜਾਂਦਾ ਹੈ ਤੇ ਰੇਟ ਬਹੁਤ ਵੱਧ ਜਾਂਦੇ ਹਨ ਮਹਿੰਗਾਈ ਨਾਲ ਸਮਾਜ ਦਾ ਨੈਤਿਕ ਪਤਨ ਵੀ ਹੁੰਦਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭ੍ਰਿਸ਼ਟਾਚਾਰੀ ਨੂੰ ਖਤਮ ਕਰਦੇ ਚਾਹ ਜੋ ਮਹਿੰਗਾਈ ਘੱਟ ਹੋ ਸਕੇ ਹਾਂ ਤੇ ਜਮ੍ਹਾਂਖੋਰੀ ਬੇਟਾ ਜਮ੍ਹਾਂਖੋਰੀ ਦਾ ਕੀ ਜਮ੍ਹਾਂਖੋਰੀ ਅੰਸ਼ਿਆ ਅੰਸ਼ਿਆ ਬੇਟਾ ਅੰਸ਼ਿਆ ਐਡਮਿਟ ਯੂਰਸੈਲਫ ਕਈ ਲਾਲਚੀ ਲੋਕ ਚੀਜ਼ਾਂ ਨੂੰ ਆਪਣੇ ਕੋਲ ਜਮ੍ਹਾਂ ਕਰਕੇ ਰੱਖ ਲੈਂਦੇ ਹਨ ਅਤੇ ਦੁਕਾਨਾਂ ਵਿੱਚ ਕਹਿੰਦੇ ਹਨ ਕਿ ਇਸ ਚੀਜ਼ ਦੀ ਕਮੀ ਹੋ ਗਈ ਹੈ ਜਿਸ ਕਾਰਨ ਮੰਗ ਵੱਧ ਜਾਂਦੀ ਹੈ ਤੇ ਪੂਰਤੀ ਘੱਟ ਹੋ ਜਾਂਦੀ ਹੈ ਅਤੇ ਚੀਜ਼ਾਂ ਦੇ ਦਾਮ ਵੱਧ ਜਾਂਦੇ ਹਨ ਅਤੇ ਮਹਿੰਗਾਈ ਹੁੰਦੀ ਹੈ ਹਾਂ ਵੈਰੀ ਗੁੱਡ ਠੀਕ ਹੈ ਭਾਵ ਕਿ ਕੁਝ ਲੋਕ ਜਿਹੜੇ ਕੀ ਹੈ ਸਮਾਨ ਨੂੰ ਗੋਦਾਮ ਦੇ ਵਿੱਚ ਭਰ ਕੇ ਰੱਖ ਲੈਂਦੇ ਹਨ ਸਟੋਕ ਕਰਕੇ ਰੱਖ ਲੈਂਦੇ ਹਨ ਤੇ ਮਾਰਕੀਟ ਦੇ ਵਿੱਚ ਇਹ ਕਹਿ ਦਿੰਦੇ ਹਨ ਬਾਜ਼ਾਰ ਦੇ ਵਿੱਚ ਕਿ ਉਸ ਚੀਜ਼ ਦੀ ਕੀ ਹੋ ਗਈ ਹੈ ਕਮੀ ਹੋ ਗਈ ਹੈ ਠੀਕ ਹੈ ਜਿਸ ਚੀਜ਼ ਦੀ ਕਮੀ ਹੋਏਗੀ ਤੇ ਲੋਕ ਮੰਗਣਗੇ ਵੱਧ ਤੇ ਉਸ ਚੀਜ਼ ਦੀ ਕੀਮਤ ਕੀ ਹੋ ਜਾਏਗੀ ਵੱਧ ਜਾਏਗੀ ਯੈਸ ਰਾਘਵ ਬੇਟਾ ਯੈਸ ਰਾਘਵ ਮੈਮ ਵਹੀ ਸੇਮ ਆਨਸਰ ਅੰਸ਼ਿਆ ਵਾਲਾ ਕਿ ਜਦੋਂ ਵਪਾਰੀ ਹਾਂ ਬੋਲ ਬੇਟਾ ਹਾਂ ਬੋਲ ਬੇਟਾ ਬੋਲ ਕਿ ਕਲੀਅਰ ਹੈ ਬੇਟਾ ਸਾਰੇ ਨੂੰ ਇਹ ਵਾਲੇ ਪੁਆਇੰਟ ਮਹਿੰਗਾਈ ਵਧਣ ਦੇ ਕਾਰਨ ਹੁਣ ਇਹਦਾ ਅੱਗੋਂ ਨੈਕਸਟ ਪੁਆਇੰਟ ਹੈ ਥਰਡ ਹੈਡਿੰਗ ਇਹ ਤਾਂ ਸਬ ਹੈਡਿੰਗ ਸੀ ਇਹਦਾ ਅਸਰ ਮਹਿੰਗਾਈ ਦਾ ਅਸਰ ਕਿਹੜੇ ਲੋਕਾਂ ਤੇ ਪੈਂਦਾ ਹੈ ਇਹਨੂੰ ਇੱਕੋ ਪੈਜ ਦਿਖਦਾ ਹੈ ਮਹਿੰਗਾਈ ਦਾ ਅਸਰ ਕਿਹੜਾ ਲੋਕਾਂ ਤੇ ਪੈਂਦਾ ਹੈ ਯੈਸ ਫਿਰ ਆਪਾਂ ਲਾਸਟ ਲਿਖਾਂਗੇ ਸੁਝਾਅ ਯੈਸ ਚੇਤੰਨਿਆ ਬੇਟਾ ਚੇਤੰਨਿਆ ਚੇਤੰਨਿਆ ਯੈਸ ਮੈਮ ਮਹਿੰਗਾਈ ਦਾ ਅਸਰ ਕਿੰਨਾ ਲੋਕਾਂ ਤੇ ਪੈਂਦਾ ਹੈ ਮੈਮ ਮਹਿੰਗਾਈ ਦਾ ਅਸਰ ਗਰੀਬ ਲੋਕਾਂ ਤੇ ਮਿਡਲ ਕਲਾਸ ਫੈਮਲੀਆਂ ਤੇ ਪੈਂਦਾ ਹੈ ਇਸ ਨਾਲ ਜਦੋਂ ਮਹਿੰਗਾਈ ਵਧਦੀ ਹੈ ਤਾਂ ਮਿਡਲ ਕਲਾਸ ਫੈਮਲੀਆਂ ਤੇ ਜਿਹੜੀ ਗਰੀਬ ਫੈਮਲੀਆਂ ਹੁੰਦੀਆਂ ਹਨ ਉਹਨਾਂ ਨੂੰ ਚੀਜ਼ ਲੈਣ ਪਹਿਲਾਂ ਕਾਫੀ ਟਾਈਮ ਸੋਚਣਾ ਪੈਂਦਾ ਹੈ ਠੀਕ ਹੈ ਮਿਡਲ ਕਲਾਸ ਮਤਲਬ ਮੱਧ ਵਰਗੀ ਲੋਕ ਨਾ ਮਹਿੰਗਾਈ ਦਾ ਅਸਰ ਹੈ ਇੱਕ ਤਾਂ ਮੱਧ ਵਰਗੀ ਲੋਕਾਂ ਤੇ ਮਿਡਲ ਫੈਮਲੀ ਤੇ ਦੂਸਰਾ ਗਰੀਬ ਲੋਕਾਂ ਤੇ ਪੈਂਦਾ ਹੈ ਠੀਕ ਹੈ ਜਿਹੜੇ ਮੱਧ ਵਰਗੀ ਲੋਕ ਹੈ ਮਿਡਲ ਫੈਮਲੀ ਦੇ ਲੋਕ ਹੈ ਉਹ ਮਿਹਨਤ ਕਰਨ ਦੇ ਬਾਵਜੂਦ ਵੀ ਠੀਕ ਹੈ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਪਾਉਂਦੇ ਚੰਗੇ ਸਕੂਲ ਦੇ ਵਿੱਚ ਪੜ੍ਹਾ ਲਿਖਾ ਨਹੀਂ ਪਾਉਂਦੇ ਜਿਹੜੇ ਗਰੀਬ ਲੋਕ ਹੋਣਗੇ ਉਹ ਦੋ ਵਕਤ ਦੀ ਰੋਟੀ ਵੀ ਉਹਨਾਂ ਨੂੰ ਨਸੀਬ ਨਹੀਂ ਹੋਵੇਗੀ
ਮੱਧ ਵਰਗੀ ਲੋਕ ਆਪਣੇ ਬੱਚਿਆਂ ਦੀਆਂ ਮੰਗਾਂ ਡਿਮਾਂਡਸ ਨੂੰ ਪੂਰੀਆਂ ਨਹੀਂ ਕਰ ਪਾਣਗੇ, ਮਿਹਨਤ ਕਰਨ ਦੇ ਬਾਵਜੂਦ ਵੀ ਚੰਗੀ ਸਿੱਖਿਆ ਨਹੀਂ ਦੇ ਪਾਣਗੇ, ਤੇ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋਏਗੀ ਜੇ ਬਹੁਤ ਜ਼ਿਆਦਾ ਮਹਿੰਗਾਈ ਇਸੇ ਤਰ੍ਹਾਂ ਵਧੇਗੀ ਜਿਵੇਂ ਅੱਜ ਕੱਲ੍ਹ ਪੈਟਰੋਲ ਡੀਜ਼ਲ, ਠੀਕ ਹੈ, ਪੈਟਰੋਲ ਹੋ ਗਿਆ, ਡੀਜ਼ਲ ਹੋ ਗਏ, ਸਬਜ਼ੀਆਂ, ਫਲ, ਦਾਲਾਂ, ਦੁੱਧ, ਦਹੀਂ, ਦਵਾਈਆਂ, ਠੀਕ ਹੈ, ਮੈਡੀਕਲ ਦੇ ਖਰਚੇ ਕਿੰਨੇ ਵੱਧ ਗਏ ਹਨ। ਜਿਹੜੇ ਵਿਚਾਰੇ ਗਰੀਬ ਹਨ ਉਹ ਨਾ ਤਾਂ ਇਲਾਜ ਕਰਵਾ ਸਕਣਗੇ ਤੇ ਨਾ ਹੀ ਉਹ ਦੋ ਵਕਤ ਦੀ ਰੋਟੀ ਉਹਨਾਂ ਨੂੰ ਨਸੀਬ ਹੋਵੇਗੀ। ਕਲੀਅਰ ਹੈ? ਹੁਣ ਨੈਕਸਟ ਪੁਆਇੰਟ ਹੈ ਇਹਨੂੰ ਦੂਰ ਕਰਨ ਦੇ ਉਪਾਅ। ਹੁਣ ਆਪਾਂ ਦੂਰ ਕਿਸ ਤਰ੍ਹਾਂ ਕਰ ਸਕਦੇ ਹਾਂ ਮਹਿੰਗਾਈ ਨੂੰ, ਆਪਾਂ ਦੂਰ ਕਿਸ ਤਰ੍ਹਾਂ ਕਰ ਸਕਦੇ ਹਾਂ? ਸਿੰਪਲ ਪੁਆਇੰਟਸ ਬਣਾ ਕੇ ਲਿਖਣਾ ਹੈ ਮਹਿੰਗਾਈ ਨੂੰ ਦੂਰ ਕਰਨ ਦੇ ਉਪਾਅ। ਦੂਰ ਕਿਸ ਤਰ੍ਹਾਂ ਕਰ ਸਕਦੇ ਹਾਂ ਬੇਟਾ? ਇਹਨੂੰ ਆਪਾਂ ਕੱਲ ਕਰ ਲਾਂਗੇ ਡਿਸਕਸ, ਮਹਿੰਗਾਈ ਨੂੰ ਦੂਰ ਕਰਨ ਦੇ ਉਪਾਅ। ਠੀਕ ਹੈ, ਬਾਕੀ ਸਮਝ ਆ ਗਿਆ ਲੇਖ ਬੇਟਾ ਸਾਰਿਆਂ ਨੂੰ? ਯੈਸ ਜੀਆ, ਹਾਂਜੀ ਸੁਣਾ ਦੋ ਬੇਟਾ ਜੀਆ, ਲੇਖ ਕਲੀਅਰ ਹੈ ਜਿੰਨਾ ਕਰਵਾਇਆ? ਕੱਲ ਆਪਾਂ ਦੂਰ ਕਰਨ ਦੇ ਉਪਾਅ ਕਰਾਂਗੇ, ਓਕੇ, ਤੇ ਲਾਸਟ ਵਿੱਚ ਸਾਰ। ਤੇ ਬੇਟਾ ਆਪਣੀ ਫੀਆ ਨੋਟਬੁੱਕ ਤੇ ਲੇਖ ਲਿਖ ਲੈਣਾ, ਓਕੇ, ਤੇ ਥਰਸਡੇ ਤੁਹਾਡਾ ਟੈਸਟ ਵੀ ਨਾ ਮਾਤਾ ਗੁਜਰੀ ਜੀ ਤੇ ਸੱਸਾ ਭਾਗ ਮੁਹਾਵਰੇ 1 to 20, ਓਕੇ। ਤੇ ਪਲੀਜ਼ ਬੱਚਾ ਜਿਨ੍ਹਾਂ ਨੇ ਹੋਲੀਡੇ ਹੋਮਵਰਕ ਨਹੀਂ ਸੈਂਡ ਕੀਤਾ ਪਲੀਜ਼ ਬੇਟਾ ਗਰੁੱਪ ਦੇ ਵਿੱਚ ਸੈਂਡ ਕਰੋ, ਮਾਰਕਸ ਲੱਗਣੇ। ਓਕੇ ਬੇਟਾ, ਬਾਏ ਬਾਏ ਬੇਟਾ।